कोविड-19 दौरान जहां आपराधिक घटनाओं में कमी देखने को मिली थी, वहीं अब यह रफ्तार पकड़ती दिख रही है। ऐसा ही कुछ पठानकोट में भी देखने को मिला, जहां थाना डिवीजन नंबर 2 की पुलिस ने 3 लोगों को चोरी के 6 वाहन और करीब 700 नशीले कैप्सूल के साथ गिरफ्तार किया। पकड़े गए आरोपियों पर पहले भी विभिन्न धाराओं के तहत मामले दर्ज हैं। इन आरोपियों में से 1 पंजाब और 2 हिमाचल के रहने वाले हैं। फिलहाल पुलिस की तरफ से NDPS एक्ट एवं चोरी की धाराओं के तहत मामला दर्ज कर आरोपियों पर कार्रवाई की जा रही है। इस संबंधी जानकारी देते हुए थाना डिवीजन नंबर 2 के मुखी ने बताया कि उन्हें सूचना मिली थी कि कुछ अज्ञात लोग पठानकोट में नशा सप्लाई करने का काम करते हैं, जिसके तहत उनकी तरफ से नाका गया था और नाके दौरान जब उक्त आरोपियों को रोका गया तो इनसे 700 के करीब नशीले कैप्सूल बरामद हुए और जब इनसे बारीकी से पूछताछ की गई तो 6 चोरी के वाहन भी मिले। उन्होंने बताया कि फिलहाल इन लोगों पर मामला दर्ज कर आगे की कार्रवाई की जा रही है। SSP सर पठानकोट तो DSP सिटी सर जो दिशा निर्देशों हेठ जिहड़े साडे एरिया नशा सप्लाई करते अते नाल जिहड़े चोरियां भी करते हैं उन्होंने नूं ठल पाउण वास्ते जिहड़ी असीं इक टीम बनाई हुई सी, उन्होंने उस टीम नूं कल रात नूं इक कामयाबी मिली जिहदे विच असीं 3 व्यक्तियों नूं जिहड़ा काबू किया। उन्होंने तो सानूं 696 कैप्सूल स्पास दे ਅਤੇ ਨਾਲ ਉਹਨਾਂ ਤੋਂ ਫਰਦਰ ਇਨਵੈਸਟੀਗੇਸ਼ਨ ਜਦੋਂ ਕੀਤੀ ਹੈ ਤਾਂ ਉਹ ਜਿਹੜੇ ਉਹ ਵਹੀਕਲ 'ਤੇ ਆ ਰਹੇ ਸੀ ਉਹ ਵੀ ਚੋਰੀ ਦਾ ਨਿਕਲਿਆ, ਤਾਂ ਉਹਨਾਂ ਕੋਲ ਹੋਰ ਵੀ ਚੋਰੀ ਦੇ ਅਸੀਂ 5 ਵਹੀਕਲ ਮਤਲਬ ਟੋਟਲ 6 ਵਹੀਕਲ ਅਤੇ ਨਾਲ ਕੈਪਸੂਲ ਬਰਾਮਦ ਕੀਤੇ। ਵਹੀਕਲ 'ਚ ਸਰ ਕੀ ਜਿਹੜੀ ਕਮੀ ਹੋਈ ਹੈ? ਵਹੀਕਲ ਦੇ ਜਿਹੜੇ ਇੱਕ ਤਾਂ ਜੁਪੀਟਰ ਸੀਗੀ ਜਿਸ 'ਤੇ ਉਹ ਆ ਰਹੇ ਸੀ, ਉਹ 1 ਨੰਬਰ ਡਿਵੀਜ਼ਨ ਥਾਣੇ ਦੇ ਏਰੀਏ 'ਚੋਂ ਸਿਵਲ ਹੋਸਪਿਟਲ ਅੱਗੇ ਚੋਰੀ ਹੋਈ ਸੀ ਕੁਝ ਦਿਨ ਪਹਿਲਾਂ, ਉਹ ਇਹਨਾਂ ਦੋਸ਼ੀਆਂ ਨੇ ਹੀ ਕੀਤੀ ਸੀ। ਅਤੇ ਇਸ ਤੋਂ ਬਾਅਦ ਜਿਹੜੀ ਬਾਕੀ ਨੇ ਉਹ ਅਲੱਗ ਅਲੱਗ ਥਾਵਾਂ ਤੋਂ ਇਹਨਾਂ ਨੇ ਚੋਰੀ ਕੀਤੀ ਹੋਈ ਜੋ ਇਹਨਾਂ ਕੋਲ ਮਿਲ ਗਈਆਂ ਨੇ। ਅਤੇ ਕਲਮੇਟ ਦੀ ਸਰ ਆਈਡੈਂਟੀਫਿਕੇਸ਼ਨ ਕੀ? ਜੀ, ਇੱਕ ਹੈਗਾ ਜੀ ਨੀਰਜ ਸੈਣੀ ਟੋਪੀ, ਉਹਦਾ ਏਲੀਅਸ ਟੋਪੀ ਹੈਗਾ, ਉਹ ਮਾਡਲ ਟਾਊਨ ਦਾ ਰਹਿਣ ਵਾਲਾ ਹੈ, ਉਹ ਹੈਪਚੁਅਲ ਅਫੈਂਡਰ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ, ਕਿਉਂਕਿ ਉੱਥੇ ਪਹਿਲਾਂ ਵੀ 5-6 ਮੁਕੱਦਮੇ ਦਰਜ ਨੇ, ਚੋਰੀ ਦੇ ਮੁਕੱਦਮੇ ਦਰਜ ਨੇ, ਨਸ਼ਾ ਵੀ ਉਹ ਕਰਦਾ। ਅਤੇ ਜਿਹੜੇ 2 ਨੇ ਉਹ ਡਮਟਾਲ ਦੇ ਨੇ, ਡਮਟਾਲ ਦੇ ਰਹਿਣ ਵਾਲੇ ਜਿਹੜੇ 2 ਵਿਅਕਤੀ ਉਹਨਾਂ ਦਾ ਨਾਂ, ਇੱਕ ਦਾ ਨਾਂ ਹੈਗਾ ਸਿਕੰਦਰ ਅਤੇ ਇੱਕ ਦਾ ਨਾਂ ਪ੍ਰਿੰਸ ਏਲੀਅਸ ਰਾਜਨ। ਇਹ 2 ਵਿਅਕਤੀ ਜਿਹੜੇ ਇਹਨਾਂ ਦੇ ਵੀ ਉੱਥੇ ਹਿਮਾਚਲ ਦੇ ਵਿੱਚ ਪਰਚੇ ਦਰਜ ਨੇ ਅਤੇ ਇੱਥੇ ਵੀ ਦਰਜ ਨੇ। ਸਰ ਕਿਤੇ ਕਿਤੇ ਚੋਰੀਆਂ ਕਰਦੇ ਸੀ, ਕਿੰਨੇ ਗਰੁੱਪ ਦੇ ਮੈਂਬਰ ਕੋਈ ਹੋਰ ਵੀ ਇਹਨਾਂ ਦੇ ਨਾਲ ਚੰਮ? ਨਹੀਂ, ਫਿਲਹਾਲ ਸਾਡੀ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਇਹ 3 ਵਿਅਕਤੀ ਹੀ ਸੀਗੇ ਜਿਹੜੇ ਕਿ ਆਡਰ ਥਾਂ ਤੋਂ ਚੋਰੀ ਕਰਦੇ ਸੀਗੇ। ਇਹ ਚੋਰੀ ਦੀ ਸਕੂਟਰੀ ਨੂੰ ਨਸ਼ਾ ਲਿਆਉਣ ਵਾਸਤੇ ਵੀ ਵਰਤਦੇ ਸੀਗੇ, ਜਾਂ ਕਿ ਇਹਨੂੰ ਪੈਸਾ ਜਿਹੜਾ ਵੀ ਨਸ਼ਾ ਜਿਹਦੇ ਕੋਲ ਪੈਸੇ ਨਹੀਂ ਸੀ ਹੁੰਦੇ ਉਹਨੂੰ ਵਹੀਕਲ ਦੇ ਕੇ ਤਾਂ ਨਸ਼ਾ ਖਰੀਦਣ ਦੀ ਕੋਸ਼ਿਸ਼ ਕਰਦੇ। ਮਾਮਲਾ ਅਸੀਂ ਦਰਜ ਕੀਤਾ ਜੀ, 212 ਨੰਬਰ FIR ਦਰਜ ਕੀਤੀ ਹੈ ਅਤੇ ਉਹਦੇ ਵਿੱਚ NDPS ਐਕਟ ਦੇ ਤਹਿਤ ਅਤੇ ਚੋਰੀ ਦੇ ਤਹਿਤ ਮੁਕੱਦਮਾ ਦਰਜ ਕੀਤਾ। ਅਤੇ ਸਰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਕਰਦੇ? ਜੀ, ਅੱਜ ਕੋਰਟ 'ਚ ਪੇਸ਼ ਕਰਕੇ ਤਾਂ ਉਹਨਾਂ ਨੂੰ ਰਿਮਾਂਡ ਅਸੀਂ ਹਾਸਲ ਕਰ ਰਹੇ ਹਾਂ, ਉਸ ਤੋਂ ਬਾਅਦ ਅਗਲੀ ਫਰਦਰ ਇਨਵੈਸਟੀਗੇਸ਼ਨ ਜਿਵੇਂ ਵੀ ਹੋਏਗਾ ਅਤੇ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ।